ਮਾਨ ਸਾਹਿਬ, ਇਸ ਉਮਰ ਦੇ ਵਿੱਚ ਇੰਨੀ ਭਾਰੀ ਗਰਮੀ ਦੇ ਦੌਰਾਨ ਪ੍ਰਚਾਰ ਕਰਨਾ ਇੱਕ ਵੱਡਾ ਚੈਲੰਜ ਜਿਹੜਾ ਹੋ ਰਹਿੰਦਾ ਹੈ, ਕਿਉਂਕਿ 45 ਡਿਗਰੀ ਤੋਂ ਵੱਧ ਟੈਂਪਰੇਚਰ ਹੈ। ਸਿਹਤ ਦਾ ਕਿਵੇਂ ਖਿਆਲ ਰੱਖਦੇ ਹੋ ਔਰ ਡਾਇਟ ਤੁਹਾਡੀ ਸਵੇਰੇ ਨਾਸ਼ਤੇ 'ਚ ਕੀ ਹੁੰਦੀ ਹੈ? ਲੰਚ ਮੈਂ ਦੇਖ ਰਿਹਾ ਤੁਸੀਂ ਫਰੂਟ, ਸੇਬ, ਕੇਲੇ, ਦਹੀਂ ਜਿਹੜੀ ਹੈ ਉਹ ਖਾ ਰਹੇ ਹੋ? ਹਾਂ, ਸਵੇਰੇ ਮੈਂ ਦਲੀਆ ਛਕ ਲੈਂਦਾ ਜੀ, ਅਤੇ ਇਹ ਫਰੂਟ ਛਕ ਲੈਂਦਾ, ਕਦੇ ਕਦੇ ਆਂਡੇ ਛਕ ਲੈਂਦਾ। ਇਸ ਤਰ੍ਹਾਂ ਵੇਰੀਡ ਹੈ ਪਰ ਬੜਾ ਹਲਕਾ ਜਿਹਾ ਹੁੰਦਾ ਸਾਰਾ ਖਾਣਾ ਪੀਣਾ, ਕਿਉਂਕਿ ਗਰਮੀ ਬੇਹੱਦ ਜ਼ਿਆਦਾ ਹੋਇਆ। ਤਾਂ ਦੁਪਹਿਰੀ ਮੈਂ ਦੇਖਿਆ ਸੇਬ, ਇਸ ਤਰੀਕੇ ਦੀ ਡਾਇਟ ਤੁਹਾਡੀ ਰਹਿੰਦੀ ਹੈ ਜਾਂ ਹੈਵੀ ਡਾਇਟ? ਕਿਉਂਕਿ ਅਮੂਮਨ ਕਈ ਥਾਵਾਂ 'ਤੇ ਪਕੌੜੇ ਮਿਲ ਜਾਂਦੇ ਨੇ ਜਾਂ ਕਈ ਥਾਵਾਂ 'ਤੇ ਇਸ ਤਰੀਕੇ ਦਾ। ਉਹ ਨਹੀਂ, ਮੈਂ ਤਲੀ ਹੋਈ ਚੀਜ਼ ਨਹੀਂ ਖਾਂਦਾ, ਦਹੀਂ ਖਾ ਸਕਦਾ ਅਤੇ ਫਰੂਟ ਛਕ ਲੈਂਦਾ। ਸਾਰਾ ਦਿਨ ਕਿੱਡਾ ਵੱਡਾ ਚੈਲੰਜ ਹੁੰਦਾ? ਪਹਿਲਾਂ ਤਾਂ ਆਪਣੀ ਉਮਰ ਦੱਸੋ, ਤੁਹਾਡੀ ਉਮਰ ਕਿੰਨੀ ਹੈ? ਮੇਰੀ 78। 78 ਸਾਲ ਦੀ ਉਮਰ ਹੈ ਤੁਹਾਡੀ? ਤੁਸੀਂ ਇੱਕ ਲੰਬਾ ਸਫ਼ਰ ਦੇਖਿਆ। ਬਹੁਤ ਸਾਰੇ ਲੋਕ ਤੁਹਾਡੇ ਜਿਹੜੇ ਫੈਨ ਨੇ, ਤੁਹਾਡੇ ਜਿਹੜੇ ਫੋਲੋਅਰ ਨੇ, ਉਹ ਪੁੱਛਦੇ ਨੇ ਕਿ ਤੁਹਾਡਾ ਉੱਤਰਾਧਿਕਾਰੀ ਕੌਣ ਹੈ? ਤੁਸੀਂ ਉੱਤਰਾਧਿਕਾਰੀ ਆਪਣਾ ਕੋਈ ਤਿਆਰ ਨਹੀਂ ਕੀਤਾ, ਸਿਮਰਨਜੀਤ ਸਿੰਘ ਮਾਨ ਪਾਰਟੀ 'ਚ ਇਕਲੌਤੇ ਖੜ੍ਹੇ ਨੇ, ਪਿੱਛੇ ਕੋਈ ਵੱਡਾ ਚਿਹਰਾ ਉਸ ਤਰੀਕੇ ਦਾ ਤੁਹਾਡੇ ਮੁਕਾਬਲੇ 'ਚ ਕੋਈ ਨਜ਼ਰ ਨਹੀਂ ਆਉਂਦਾ? ਉਹ ਆਪ ਹੀ ਜੰਮ ਪੈਂਦੇ ਆ ਜੀ, ਜਦੋਂ ਇਹ ਲੋੜ ਹੋਵੇ ਅਤੇ ਜਦੋਂ ਲੋੜ ਪਊਗੀ ਆਪ ਹੀ ਅੱਗੇ ਆਜੂਗਾ ਕੋਈ, ਕਿਉਂ ਕਰਕੇ ਇਹ ਜਿਹੜੀ ਸੋਚ ਹੈ ਇਹ ਮੇਰੀ ਤਾਂ ਹੈ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈਗੀ ਹੈ ਕਿ ਇਨ ਗਰੀਬ ਸਿੱਖੋਂ ਕੋ ਦੂਰ ਬਾਦਸ਼ਾਹ ਹੈ। ਫਿਰ ਇਹਦੇ ਪਿੱਛੇ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ਼ਹਾਦਤ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਸੀ ਆਖਰੀ ਸ਼ਬਦਾਂ ਦੇ ਵਿੱਚ ਕਿ ਜੇ ਹਿੰਦੁਸਤਾਨ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੂਗੀ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਸੋ ਮੇਰਾ ਮਤਲਬ ਉਹ ਸੋਚ ਦੇ ਉੱਤੇ ਅਸੀਂ ਚੱਲਦੇ ਆਏ ਹਾਂ। ਲੇਕਿਨ ਅਮੂਮਨ ਹੁੰਦਾ ਹੈ ਜਿਵੇਂ ਦੀਪ ਸਿੱਧੂ ਵਾਲਾ ਸੀ, ਦੀਪ ਸਿੱਧੂ ਦੀ ਇੱਕ ਸੋਚ ਸੀ, ਉਹਨਾਂ ਨੂੰ ਤੁਹਾਡਾ ਉੱਤਰਾਧਿਕਾਰੀ ਸਮਝਿਆ ਜਾ ਰਿਹਾ ਸੀ, ਸਿੱਧੂ ਮੂਸੇਵਾਲੇ ਨੂੰ ਲੱਗ ਰਿਹਾ ਸੀ, ਅੰਮ੍ਰਿਤਪਾਲ ਦਾ ਇਸ ਵਾਰ ਬਹੁਤ ਸਾਰਾ ਜ਼ਿਕਰ ਹੋ ਰਿਹਾ। ਤੁਹਾਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਤੁਹਾਡੇ ਉੱਤਰਾਧਿਕਾਰੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਰਿਵਾਰ 'ਚੋਂ ਕੋਈ ਹੋਣਾ ਚਾਹੀਦਾ? ਕਿਤਾਬ ਵੀ ਹੋ ਸਕਦਾ ਜੀ, ਇਹ ਜਦੋਂ ਮੈਂ ਮਰ ਜੂੰਗਾ ਜਾਂ ਮਰਨ ਤੋਂ ਪਹਿਲਾਂ ਮੈਂ ਸੋਚ ਲੂੰਗਾ, ਉਹ ਤਾਂ ਉਦੋਂ ਮੌਕਾ ਹੋਊਗਾ। ਅੰਮ੍ਰਿਤਪਾਲ ਨੂੰ ਮੰਨਦੇ ਹੋ ਉੱਤਰਾਧਿਕਾਰੀ? ਅੰਮ੍ਰਿਤਪਾਲ ਨੂੰ ਮੰਨਦੇ ਹੋ? ਅਜੇ ਤਾਂ ਮੈਂ ਕਿਸੇ ਨੂੰ ਆਪਣਾ ਨੁਮਾਇੰਦਾ ਨਹੀਂ ਬਣਾਇਆ ਹੈਗਾ ਕਿਸੇ ਨੂੰ ਵੀ। ਇਹ ਬਹੁਤ ਤਜਰਬਾ ਹੋਣਾ ਚਾਹੀਦਾ ਕਿ ਜਿਹੜਾ ਇੱਕ ਕੰਮ ਦੇ ਉੱਤੇ ਟਿਕਿਆ ਰਹੇ ਉਹੀ ਮੇਰੀ ਸੋਚ ਨੂੰ ਅੱਗੇ ਲੈ ਕੇ ਜਾਓ। ਤੁਹਾਡੀ ਨਜ਼ਰ 'ਚ ਹੈ 3-4 ਕੋਈ ਚਿਹਰੇ ਜੇ ਗੱਲ ਕੀਤੀ ਜਾਵੇ ਕਿ ਇਹ 3-4 ਬੰਦੇ ਚੰਗਾ ਪਰਫੋਰਮ ਕਰ ਰਹੇ ਹੈ ਜਾਂ ਉਹ ਸੋਚ ਨੂੰ ਅੱਗੇ ਲਿਜਾ ਸਕਦੇ ਨੇ, ਉਹ ਸੋਚ 'ਤੇ ਪਹਿਰਾ ਜਿਹੜਾ ਉਹ ਦੇ ਸਕਦੇ ਨੇ? ਹਾਂ, ਮੈਂ ਵੇਖੀ ਜਾਂਦਾ। ਜੇ ਨਾਮ ਦੱਸ ਸਕੋ? ਨਹੀਂ, ਨਾਮ ਤਾਂ ਐਵੇਂ ਦੱਸਣੇ ਫਾਇਦਾ ਨਹੀਂ ਹੁੰਦਾ, ਗਲਤ ਵੀ ਦੱਸਿਆ ਜਾ ਸਕਦਾ। ਜਿਵੇਂ ਹੁਣ ਪਲਟਾ ਮਾਰਤਾ ਸਰਦਾਰ ਬਲਕਾਰ ਸਿੰਘ ਨੇ, ਫਿਰ ਪਲਟਾ ਕਈਆਂ ਨੇ ਮਾਰਤੇ, ਇਹ ਜਿਹੜੇ ਬਾਦਲ ਦਲ ਦੇ ਵਿੱਚ ਚਲੇ ਗਏ, ਕਾਂਗਰਸ ਦੇ ਵਿੱਚ ਚਲੇ ਗਏ, BJP 4SS ਦੇ ਵਿੱਚ ਚਲੇ ਗਏ, ਜਿਨ੍ਹਾਂ ਨੇ ਆਪਣਾ ਇਸ਼ਟੀ ਛੱਡਤਾ। ਅਤੇ ਇਹ ਤਾਂ ਦੇਖਣਾ ਪੈਣਾ, ਇਹ ਤਾਂ ਬਹੁਤ ਕੀਮਤੀ ਸੋਚ ਦੇ ਉੱਤੇ ਅਸੀਂ ਪਹਿਰਾ ਦੇ ਰਹੇ ਹਾਂ, ਅਤੇ ਜੇ ਇਹ ਟੁੱਟ ਗਈ ਤਾਂ ਫਿਰ ਤਾਂ ਸਾਡਾ ਭੁੱਠਾ ਬਹਿ ਜੂਗਾ ਸਿੱਖ ਕੌਮ ਦਾ, ਜੇ ਸਾਨੂੰ ਆਜ਼ਾਦੀ ਨਾ ਮਿਲੀ ਤਾਂ ਅਸੀਂ ਤਾਂ। ਕਿਸ ਗੱਲ ਦੀ ਆਜ਼ਾਦੀ ਲੈਣੀ ਹੈ? ਨੈਸ਼ਨਲ ਕੌਮੀ ਆਜ਼ਾਦੀ ਲੈਣੀ ਹੈ। ਇਲੈਕਸ਼ਨ ਤੁਸੀਂ ਲੜ ਰਹੇ ਹੋ? ਹਾਂ, ਆਜ਼ਾਦੀ ਤਾਂ ਹੈ ਪੂਰੀ, ਕੋਈ ਆਜ਼ਾਦੀ ਕੋਈ ਅਜਿਹੀ ਗੱਲ ਤਾਂ ਹੈ ਨਹੀਂ।
ਜਿਹੜੀ ਆਜ਼ਾਦੀ ਵਾਲੀ ਹੋਵੇ। ਨਹੀਂ ਹੁਣ ਤੁਸੀਂ ਸਮਝ ਦਿੱਤਾ ਹੈ ਨਹੀਂ, ਆਜ਼ਾਦੀ ਇਹ ਹੁੰਦੀ ਹੈ ਜਿੱਥੇ ਕੌਮ ਆਪਣੇ ਆਪ ਨੂੰ ਆਜ਼ਾਦ ਸਮਝੇ। 1947 ਤੋਂ ਬਾਅਦ ਹਿੰਦੂ ਨੂੰ ਆਜ਼ਾਦੀ ਮਿਲੀ ਹੈ, ਉਹਨੂੰ ਇੰਡੀਆ ਮਿਲਿਆ ਹੈ, ਮੁਸਲਮਾਨ ਨੂੰ ਪਾਕਿਸਤਾਨ ਮਿਲਿਆ, ਉਹਨਾਂ ਨੂੰ ਆਜ਼ਾਦੀ ਮਿਲੀ ਹੈ। ਜਿਹੜਾ ਸਿੱਖ ਪਾਕਿਸਤਾਨ ਦੇ ਵਿੱਚ ਹੈ ਉਹ ਹੁਣ ਮੁਸਲਮਾਨ ਦਾ ਗੁਲਾਮ ਹੈ, ਜਿਹੜਾ ਅਸੀਂ ਇੰਡੀਆ 'ਚ ਅਸੀਂ ਹਿੰਦੂ ਦੇ ਗੁਲਾਮ ਹੈਗੇ। ਤੁਸੀਂ ਸਾਡੇ ਤੁਸੀਂ ਹਿੰਦੂ ਦੇ ਗੁਲਾਮ ਹੋ? ਹਾਂ ਬਿਲਕੁਲ, ਹੋਰ ਸਾਡੀ ਗੱਲ ਹੀ ਨਹੀਂ ਮੰਨੀ ਜਾਂਦੀ, ਪਾਰਲੀਮੈਂਟ 'ਚ ਨਹੀਂ ਬੋਲਣ ਦਿੰਦੇ। ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦੇ ਨਾਲ ਟ੍ਰੇਡ ਖੋਲੋ, ਉਹ ਉਹਦੀ ਗੱਲ ਹੀ ਨਹੀਂ। ਇਸ ਗੱਲ ਦਾ ਜ਼ਿਕਰ ਕਾਂਗਰਸ ਵਾਲੇ ਵੀ ਕਰ ਰਹੇ ਆ, ਬੀਜੇਪੀ ਦੇ ਵੀ ਹੁਣ ਰਵਨੀਤ ਬਿੱਟੂ ਵੀ ਕਹਿ ਰਹੇ ਟ੍ਰੇਡ ਖੁੱਲਣਾ ਚਾਹੀਦਾ। ਹਾਂ ਫਿਰ ਮੇਰਾ ਮਤਲਬ ਹੈ ਕਿ ਸਾਡੇ ਨਾਲ ਕੋਈ ਗੱਲ ਕਰਨ ਨੂੰ ਬੈਠ ਕੇ ਤਿਆਰ ਹੀ ਨਹੀਂ ਹੈ, ਐਡੇ ਭੂਤੜੇ ਹੋਏ ਬੰਦੇ ਹੈ, ਹੰਕਾਰੀ। ਤਾਂ ਫਿਰ ਮੇਰਾ ਮਤਲਬ ਹੈ ਕਿ ਜਿੰਨਾ ਚਿਰ ਸਾਡੀ ਆਪਣੀ ਕੌਮ ਦਾ ਮੁਲਕ ਨਹੀਂ ਹੋਊਗਾ, ਅਸੀਂ ਆਪਣੀ ਕੌਮੀਅਤ ਦੀ ਪੋਲਿਸੀ ਕਿਵੇਂ ਪੈਦਾ ਕਰ ਸਕਦੇ? ਲੇਕਿਨ ਉਸ ਸੰਵਿਧਾਨ ਨੂੰ ਤੁਸੀਂ ਮੰਨਦੇ ਵੀ ਹੋ, ਉਸ ਸੰਵਿਧਾਨ ਦੇ ਤਹਿਤ ਹੀ ਤੁਸੀਂ ਇਲੈਕਸ਼ਨ ਲੜ ਰਹੇ ਹੋ, ਉਸ ਸੰਵਿਧਾਨ ਦੇ ਤਹਿਤ ਹੀ ਤੁਸੀਂ ਪਾਰਲੀਮੈਂਟ ਪਹੁੰਚੇ ਹੋ, ਉਸ ਸੰਵਿਧਾਨ ਦੇ ਤਹਿਤ ਹੀ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ। ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਸੰਵਿਧਾਨ ਹੈ, ਜਦੋਂ ਇਹ ਸੰਵਿਧਾਨ ਬਣ ਰਿਹਾ ਸੀਗਾ ਉਹਦੀ ਇੱਕ ਕੰਸਟੀਟਿਊਂਟ ਅਸੈਂਬਲੀ ਬਣੀ ਸੀਗੀ ਬਣਾਉਣ ਵਾਲੀ ਸੰਵਿਧਾਨ ਨੂੰ, ਉਹਦੇ ਵਿੱਚ ਦੋ ਸਿੱਖ ਮੈਂਬਰ ਲਏ ਗਏ ਸੀ, ਇੱਕ ਸਰਦਾਰ ਹੁਕਮ ਸਿੰਘ ਸੀਗੇ, ਦੂਜੇ ਸੀਗੇ ਸਰਦਾਰ ਭੁਪਿੰਦਰ ਸਿੰਘ ਮਾਨ। ਅਤੇ ਨਹਿਰੂ ਅਤੇ ਗਾਂਧੀ ਨੇ ਸਿੱਖਾਂ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਤੁਸੀਂ ਸਾਡੇ ਨਾਲ ਹਿੰਦੂ ਨਾਲ ਰਲ ਜਾਓ, ਅੰਗਰੇਜ਼ਾਂ ਨੂੰ ਬਾਹਰ ਕੱਢ ਲਈਏ, ਉਦੋਂ ਬਾਅਦ ਤੁਹਾਨੂੰ ਇੱਕ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਜਦੋਂ ਸਾਹਿਬ ਭੁਪਿੰਦਰ ਸਿੰਘ ਮਾਨ ਅਤੇ ਹੁਕਮ ਸਿੰਘ ਨੇ ਦੇਖਿਆ ਕਿ ਜਦੋਂ ਸੰਵਿਧਾਨ ਬਣਿਆ ਅਤੇ ਆਰਟੀਕਲ 25 ਦੇ ਵਿੱਚ ਹੀ ਲਿਖਤਾ ਕਿ ਇਹ ਸਿੱਖ ਧਰਮ ਅਤੇ ਹਿੰਦੂ ਧਰਮ ਬਰਾਬਰ ਨੇ ਅਤੇ ਸਿੱਖ ਧਰਮ ਹਿੰਦੂ ਧਰਮ ਦਾ ਇੱਕ ਹਿੱਸਾ ਹੈ, ਫਿਰ ਉਹਨਾਂ ਨੇ ਤਾਂ ਦਸਤਖਤ ਹੀ ਨਹੀਂ ਕੀਤੇ ਸੰਵਿਧਾਨ ਦੇ ਉੱਤੇ ਸਿੱਖ ਕੌਮ ਦੇ ਵੱਲੋਂ। ਤੁਸੀਂ ਕਹਿੰਦੇ ਹੋ ਮੈਂ ਮੰਨਦਾ, ਪਰ ਜਦੋਂ ਸਿੱਖ ਕੌਮ ਨੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ, ਅਸੀਂ ਕਾਨੂੰਨ 'ਚ ਮੰਨਦੇ ਹਾਂ, ਅਸੀਂ ਅਮਨ ਪਸੰਦ ਤਰੀਕੇ ਦੌਰਾਨ ਚੱਲੀ ਜਾਂਦੇ ਹਾਂ। ਲੇਕਿਨ ਸੰਗਰੂਰ 'ਚ ਹਿੰਦੂ ਵੀ ਤੁਹਾਨੂੰ ਵੋਟ ਪਾਉਂਦਾ, ਫਿਰ ਕੀ ਹੋ ਗਿਆ? ਫਿਰ ਮੇਰਾ ਮਤਲਬ ਉਹ ਉਹਨਾਂ ਦੇ ਨਾਲ ਕੋਈ ਇਜਾਜ਼ਤੀ ਕੀਤੀ ਹੋਵੇ ਜਾਂ ਕੋਈ ਉਹਨਾਂ ਨਾਲ ਬੁਰਾ ਕੀਤਾ ਹੋਵੇ ਉਹ ਤਾਂ ਦੱਸ ਦਿਓ ਮੈਨੂੰ। ਕੋਈ ਉਹਨਾਂ ਦੀ ਟ੍ਰੇਡ ਕਰਾਈ ਦੀ ਹੈ, ਉਹਨਾਂ ਦਾ ਸਾਰਾ ਕੁਛ, ਜੇ ਪਾਕਿਸਤਾਨ ਦੇ ਨਾਲ ਖੁੱਲ ਜੂਗਾ ਰਸਤਾ ਅਤੇ ਟ੍ਰੇਡ ਤਾਂ ਸਾਡੇ ਹਿੰਦੂ ਹੀ ਕਰਨਗੇ, ਸਾਨੂੰ ਕੀ ਪਤਾ ਹੈਗਾ ਟ੍ਰੇਡ ਦਾ। ਤੁਸੀਂ ਇੱਕ ਜ਼ਿਕਰ ਕੀਤਾ ਪਲਟੀ ਮਾਰ, ਬਲਕੌਰ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਤੁਸੀਂ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਕਹਿ ਰਹੇ ਹੋ ਪਲਟੀ ਮਾਰ, ਔਰ ਕਿਉਂ ਕਹਿ ਰਹੇ ਹੋ? ਮੈਂ ਤਾਂ ਕਹਿ ਰਿਹਾ ਕਿਉਂ ਕਰਕੇ ਉਹਨਾਂ ਨੇ ਅੱਜ ਬਿਆਨ ਦੇ ਤਾਂ ਕਿ ਕਾਂਗਰਸ ਦੇ ਨਾਲ ਚੱਲੋ, ਅਤੇ ਮੇਰਾ ਮਤਲਬ ਹੈ ਕਿ ਕਾਂਗਰਸ ਨੇ ਤਾਂ ਕਦੇ ਵੀ ਇਹ ਮੂਸੇਵਾਲ ਸਾਹਿਬ ਦੀ ਗੱਲ ਨਹੀਂ ਫੜੀ ਹੈਗੀ, ਫੜੀ ਹੈ ਅਤੇ ਅਸੀਂ ਪਾਰਲੀਮੈਂਟ ਦੇ ਵਿੱਚ ਕੀਤੀ ਹੈਗੀ ਹੈ, ਅਤੇ ਹੁਣ ਕਾਂਗਰਸ ਨੂੰ ਸਿੱਖ ਕਿਵੇਂ ਵੋਟ ਪਾਊਗਾ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਸਾਡਾ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਉਹ ਫੌਜ ਲੁੱਟ ਕੇ ਲੈ ਗਈ ਹੈ, ਸਿੱਖਾਂ ਦਾ ਤੋਸ਼ਾਖਾਨਾ ਲੁੱਟ ਕੇ ਲੈ ਗਈ ਹੈ, ਉਦੋਂ ਬਾਅਦ ਰਾਜੀਵ ਗਾਂਧੀ ਨੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦੀ ਨਸਲਕੁਸ਼ ਕੀਤੀ ਹੈ, ਮੈਬਰਸਾਈਡ ਕੀਤੀ ਹੈ, ਜੈਨੋਸਾਈਡ ਕੀਤੀ ਹੈ, ਅਤੇ ਕਾਂਗਰਸ ਦੇ ਨਾਲ ਕਹਿ ਦੇਣਾ ਸਰ ਬਲਕੌਰ ਸਿੰਘ ਦਾ ਕਿ ਉਸ ਨੂੰ ਅਪਣਾ ਲਈਏ, ਇਹ ਤਾਂ ਮੇਰਾ ਮਤਲਬ ਬੜੀ ਅਜੀਬ ਜਿਹਾ ਬਿਆਨ। ਦੁੱਖ ਹੋਇਆ, ਦਰਦ ਹੋਇਆ, ਉਮੀਦ ਸੀਗੀ ਤੁਹਾਨੂੰ ਕਿ ਨਹੀਂ? ਮੈਨੂੰ ਇਹੋ ਜਿਹੀ ਸ਼ਖਸੀਅਤ ਤੋਂ ਉਮੀਦ ਕਦੇ ਨਹੀਂ ਸੀ, ਕਿਉਂ ਕਰਕੇ ਇਹ ਸਰ ਬਲਕੌਰ ਸਿੰਘ ਇੱਕ ਇਹੋ ਜਿਹੇ ਇੰਡੀਅਨ ਆਰਮੀ ਦੇ ਤਕੜੇ ਸੋਲਜਰ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਹਵਾਈ ਜਹਾਜ਼ ਦੇ ਉੱਤੇ ਟੈਂਕ ਚੜ੍ਹਾਇਆ ਸੀਗਾ ਜਿਹੜਾ ਲਦਾਖ ਗਿਆ। ਤੁਹਾਡੀ ਗੱਲਬਾਤ ਹੋਈ ਬਲਕੌਰ ਹੋਰਾਂ ਨਾਲ? ਕਿਉਂਕਿ ਸਿੱਧੂ ਮੂਸੇਵਾਲੇ ਨੇ
ਬਾਈ ਇਲੈਕਸ਼ਨ ਤੁਹਾਨੂੰ ਸਪੋਰਟ ਕੀਤੀ ਸੀਗੀ ਔਰ ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇਲੈਕਸ਼ਨ ਜਿੱਤੇ ਹੋ ਤਾਂ ਦੀਪ ਸਿੱਧੂ ਇੱਕ ਵੱਡਾ ਫੈਕਟਰ ਸੀ, ਦੂਸਰਾ ਵੱਡਾ ਫੈਕਟਰ ਸਿੱਧੂ ਮੂਸੇਵਾਲੇ ਦਾ ਕਤਲ ਸੀ। ਇਹ ਦੋ ਫੈਕਟਰ ਦੀ ਵਜ੍ਹਾ ਕਰਕੇ ਤੁਸੀਂ ਸੰਗਰੂਰ ਸੀਟ ਜਿਹੜੀ ਉਹ ਜਿੱਤ ਗਏ। ਨਹੀਂ, ਮੈਂ ਤੁਹਾਨੂੰ ਕਹਿ ਸਕਦਾ ਕਿ ਉਹਦੀ ਇਮਦਾਦ ਕਰਕੇ ਜਿੱਤਿਆ, ਸਾਡਾ ਵੀ ਕੈਰੇਕਟਰ ਹੈਗਾ, ਸਾਡੀ ਵੀ ਇਹ ਹੈਗੀ ਹੈ ਪਛਾਣ, ਅਸੀਂ ਕੰਮ ਕੀਤਾ 40 ਸਾਲ ਭਾਈ ਸਾਹਿਬ, ਉਹ ਖਾਲਾ ਜੀ ਦਾ ਵਾੜਾ ਥੋੜ੍ਹੀ ਹੈ, ਉਹ ਮੂਸੇਵਾਲ ਅਤੇ ਹੋਰ ਆ ਕੇ ਕਿਵੇਂ ਜਿਤਾ ਸਕਦੇ। ਇਹਨਾਂ ਦੇ ਪਾਪਾ ਜੀ ਨੇ ਤਾਂ ਮੈਨੂੰ ਕਿਹਾ ਸੀਗਾ ਕਿ ਜਦੋਂ ਉਹਨਾਂ ਦਾ ਮੂਸੇਵਾਲ ਸਾਹਿਬ ਪੂਰੇ ਹੋ ਗਏ, ਉਦੋਂ ਬਾਅਦ ਕਹਿੰਦੇ ਕਿ ਮਾਨ ਸਾਹਿਬ ਜੇ ਮੈਂ ਇਹਦਾ ਜਿਹੜਾ ਹੁਣ ਰਿਲੀਜ਼ ਕਰ ਰਿਹਾ ਗੀਤ ਤੁਹਾਡੇ 7 ਦਿਨ ਪਹਿਲਾਂ ਇਲੈਕਸ਼ਨਾਂ ਤੋਂ ਕਰ ਦਿੰਦਾ ਅਤੇ ਤੁਸੀਂ ਤਾਂ 2 ਲੱਖ ਦੀ ਲੀਡ ਦੇ ਨਾਲ ਜਿੱਤਣਾ ਸੀਗਾ। ਬਲਕੌਰ ਸਿੰਘ ਹੋਰਾਂ ਦਾ ਕਾਂਗਰਸ ਨੂੰ ਸਪੋਰਟ ਕਰਨਾ ਤੁਹਾਡੇ ਲਈ ਕਿੱਡਾ ਵੱਡਾ ਫੈਕਟਰ ਰਹੇਗਾ, ਕੀ ਡੈਮੇਜ ਕਰੇਗਾ, ਨੁਕਸਾਨ ਹੋਏਗਾ ਤੁਹਾਨੂੰ? ਡੈਮੇਜ ਨਹੀਂ ਕਰੂਗਾ, ਪਰ ਦੁੱਖ ਬਹੁਤ ਹੈ ਕਿ ਇਹੋ ਜਿਹੀ ਸ਼ਖਸੀਅਤ ਜਿਹੜੀ ਕਾਂਗਰਸ ਨੇ ਸਿੱਖ ਉੱਤੇ ਜ਼ੁਲਮ ਕੀਤੇ ਹੋਣ, ਜਿਸ ਕਾਂਗਰਸ ਨੇ ਕਦੇ ਵੀ ਮੂਸੇਵਾਲ ਦਾ ਨਾਂ ਨਾ ਲਿਆ ਹੋਵੇ, ਪਾਰਲੀਮੈਂਟ ਦੇ ਵਿੱਚ ਨਾ ਬੋਲਿਆ ਹੋਵੇ, ਉਹਦੀ ਇਮਦਾਦ ਕਰ ਦੇਣੀ, ਅਤੇ ਜਿਹੜੀ ਪਾਰਟੀ ਨੇ ਮੂਸੇਵਾਲ ਦਾ ਨਾਂ ਪਾਰਲੀਮੈਂਟ 'ਚ ਲੈ ਕੇ ਸਾਰੀ ਦੁਨੀਆ ਦੇ ਵਿੱਚ ਰੋਸ਼ਨ ਕਰਤਾ, ਉਹਦੇ ਖਿਲਾਫ ਮਿਆਨ ਦੇ ਦੇਣਾ ਕਿ ਕਾਂਗਰਸ ਨੂੰ ਵੋਟ ਪਾਓ। ਇਸ ਦੇ ਪਿੱਛੇ ਵਜ੍ਹਾ ਕੀ ਮੰਨਦੇ ਹੋ, ਕਿਉਂ ਬਲਕੌਰ ਹੋਰਾਂ ਨੇ ਕਾਂਗਰਸ ਸੁਣੀ, ਕਿਉਂਕਿ ਉਹ ਤਾਂ ਕਾਂਗਰਸ ਤੋਂ ਇਲੈਕਸ਼ਨ ਵੀ ਲੜ ਚੁੱਕੇ ਸਿੱਧੂ? ਉਹ ਤਾਂ ਕਹਿੰਦੇ ਸੀਗੇ ਮੈਂ ਫਰਜ਼ੀ ਲੜਿਆ, ਮੇਰਾ ਦਿਲ ਥੋੜ੍ਹੀ ਕਰਦਾ ਸੀ ਕਾਂਗਰਸ ਤੋਂ ਲੜਨ ਦਾ। ਹੁਣ ਮੂਸੇਵਾਲ ਸਾਹਿਬ ਦੇ ਬਾਹਾਂ ਦੇ ਉੱਤੇ ਟੈਟੂ ਸੀਗੇ, ਇੱਕ 'ਤੇ ਸੀਗੇ AK-47 ਰਾਈਫਲ, ਦੂਜੇ 'ਤੇ ਸੀਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ। ਅਤੇ ਮੇਰਾ ਮਤਲਬ ਹੈ ਕਿ ਜਿਹੜੀ ਕਾਂਗਰਸ ਨੇ ਸਿੱਖ ਦਾ ਲੀਡਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸ਼ਹੀਦ ਕੀਤਾ ਜਾਂ ਕਰਾਏ ਅਤੇ ਉਹਦੀ ਇਮਦਾਦ ਕਰ ਦੇਣੀ, ਤਾਂ ਮੈਂ ਤਾਂ ਸਮਝਦਾ ਠੀਕ ਗੱਲ ਨਹੀਂ ਹੈ। ਇਹਦੀ ਵਜ੍ਹਾ ਕੀ ਮੰਨਦੇ ਹੋ, ਕਿਉਂ ਬਲਕੌਰ ਹੋਈ ਉਧਰ ਗਏ, ਤੁਹਾਡੇ ਵੀ ਆਪਣੇ ਸੂਤਰ ਹੋਣਗੇ ਜਾਂ ਤੁਹਾਨੂੰ ਅੰਦਰਲੀ ਖਬਰ ਹੋਏਗੀ? ਨਹੀਂ, ਮੈਂ ਇਹੋ ਜਿਹੇ ਸੂਤਰ ਰੱਖਦਾ ਹੀ ਨਹੀਂ ਜਿਹੜਾ ਕੋਈ ਪ੍ਰਾਈਵੇਟ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰੇ। ਪਰ ਤੁਹਾਨੂੰ ਕੀ ਲੱਗਦਾ, ਵਜ੍ਹਾ ਕੀ ਲੱਗਦੀ? ਮੈਨੂੰ ਹੁਣ ਕੀ ਪਤਾ ਇਹ ਕਾਹਦੇ ਲਈ ਕਰਤਾ, ਪਰ ਗਲਤ ਕਰਤਾ। ਅੱਛਾ, ਤੁਹਾਡੇ ਨਾਲ ਗੱਲਬਾਤ ਅੱਗੇ ਜਾਰੀ ਰਹੇਗੀ, ਇੱਕ ਸਵਾਲ ਇੱਥੇ ਲਾਸਟ ਲਵਾਂਗੇ। ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਹੈ, ਤੁਸੀਂ ਆਪਣਾ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਿਆ, ਤੁਸੀਂ ਕਿਹਾ ਕਿ ਕਵਰਿੰਗ ਕੈਂਡੀਡੇਟ ਹੈ, ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਚਰਚਾਵਾਂ ਉੱਠਣ ਲੱਗ ਪਈਆਂ, ਵਲਟੋਹਾ ਹੋ ਰਹੀ ਲਗਾਤਾਰ ਅੰਮ੍ਰਿਤਪਾਲ ਨੂੰ ਘੇਰ ਰਹੇ ਨੇ, ਕਹਿੰਦੇ ਕਿ ਮੇਰੇ ਨਾਲ ਓਪਨ ਡਿਬੇਟ ਕੀਤੀ ਜਾਵੇ। ਅੰਮ੍ਰਿਤਪਾਲ ਨੇ ਤਾਂ ਪੰਥ ਲਈ ਕੁਛ ਕੀਤਾ ਹੀ ਨਹੀਂ, NSA ਸਾਡੇ 'ਤੇ ਲੱਗੀ, ਅਸੀਂ ਕਈ ਕਈ ਸਾਲ ਜੇਲ੍ਹਾਂ ਦੇ ਵਿੱਚ ਰਹੇ, ਅਸੀਂ ਪੰਥਕ ਹਾਂ, ਅਸੀਂ ਕੌਮ ਲਈ ਕੀਤਾ ਵੈ, ਉਹਨਾਂ ਨੇ ਤਾਂ ਕੁਛ ਕੀਤਾ ਹੀ ਨਹੀਂ। ਅਸੀਂ ਤਾਂ ਤਾਰਿਆ ਸੀ ਕਿ ਸਰਦਾਰ ਦੀਪ ਸਿੰਘ ਸਿੱਧੂ ਨੇ ਬਿਆਨ ਦਿੱਤਾ ਸੀਗਾ ਕਿ ਜਿਹੜੀ ਵਾਰਸੇ ਪੰਜਾਬ ਪਾਰਟੀ ਸਾਡੀ ਹੈਗੀ ਹੈ, ਇਹ ਸਿੱਖਾਂ ਦਾ ਪ੍ਰਚਾਰ ਕਰਿਆ ਕਰੂਗੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਡੀ ਸਿਆਸੀ ਪਾਰਟੀ ਹੋਊਗੀ। ਜਦੋਂ ਸਰਦਾਰ ਅੰਮ੍ਰਿਤਪਾਲ ਸਿੰਘ ਇੱਥੇ ਇੰਡੀਆ ਦੇ ਵਿੱਚ ਆਏ ਹੈ, ਉਹਨਾਂ ਨੇ ਵੀ ਕਿਹਾ ਸੀਗਾ ਕਿ ਅਸੀਂ ਪ੍ਰਚਾਰ ਕਰਾਂਗੇ, ਅਕਾਲੀ ਦਲ ਅੰਮ੍ਰਿਤਸਰ ਸਾਡੀ ਸਿਆਸੀ ਪਾਰਟੀ ਹੋਊਗੀ। ਇਸ ਕਰਕੇ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਉਹ ਲੜਨਾ ਚਾਹੁੰਦੇ ਹੈ, ਤਾਂ ਅਸੀਂ ਕਿਹਾ ਕਿ ਜੇ ਇਹ ਲੜਦੇ ਹੈ, ਇਹ ਜੇਲ੍ਹ 'ਚੋਂ ਛੁੱਟਣਗੇ ਤਾਂ ਫਾਇਦਾ ਹੋਊਗਾ ਸਾਰੇ ਪ੍ਰਚਾਰ ਦਾ। ਇਸ ਕਰਕੇ ਅਸੀਂ ਐਲਾਨ ਕਰਤਾ ਸੀਗਾ ਕਿ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਹਾਂ ਅਤੇ ਜਿਹੜਾ ਸਾਡਾ ਕਵਰਿੰਗ ਕੈਂਡੀਡੇਟ ਹੈ
ਉਹਨੂੰ ਅਸੀਂ ਪਿੱਛੇ ਖਿੱਚਦੇ ਹਾਂ ਅਤੇ ਹੁਣ ਜਦੋਂ ਪਤਾ ਲੱਗਿਆ ਕਿ ਉਹਨਾਂ ਦੇ ਕਾਗਜ਼ ਠੀਕ ਹੈ, ਜਿਹੜਾ ਸਾਡਾ ਕੈਂਡੀਡੇਟ ਹੈ ਸਰ ਬਲੇਅਰ ਸਾਹਿਬ, ਉਹ ਆਪਣੇ ਨੋਮੀਨੇਸ਼ਨ ਪੇਪਰਸ ਪਿੱਛੇ ਖਿੱਚ ਲੂਗਾ, ਕੈਂਡੀਡੇਟ ਸਾਡੇ ਅੰਮ੍ਰਿਤਪਾਲ ਸਿੰਘ ਹੀ ਹੋਣਗੇ। ਅੱਛਾ, ਕਿਉਂਕਿ ਹੁਣ ਤੁਸੀਂ ਜਾਣਾ, ਬਲਟੋਹਾ ਹੋਰੀ ਇਲਜ਼ਾਮ ਲਗਾਉਂਦੇ ਨੇ ਕਿ ਅੰਮ੍ਰਿਤਪਾਲ ਦਾ ਇਲੈਕਸ਼ਨ ਲੜਨਾ, ਜਦੋਂ RSS ਦਾ ਵਕੀਲ ਮੁਲਾਕਾਤ ਕਰਦਾ, ਉਹ RSS ਦਾ ਕਿਤੇ ਨਾ ਕਿਤੇ ਇਸਦੇ ਪਿੱਛੇ, ਅੰਮ੍ਰਿਤਪਾਲ ਦੇ ਪਿੱਛੇ ਹੱਥ ਦਿਖਾਉਂਦੇ ਹੋਏ ਨਜ਼ਰ ਆਉਂਦੇ ਨੇ ਕਿ ਬਲਟੋਹਾ ਹੋਰੀ ਕਹਿੰਦੇ ਕਿ ਇਸਦੇ ਪਿੱਛੇ ਕਿਤੇ ਨਾ ਕਿਤੇ RSS ਹੈ। ਐਂ ਲੋਕ ਗੱਲਾਂ ਕਰਦੇ ਹੁੰਦੇ ਆ ਜੀ, ਜਿਹੜੇ ਦੁਸ਼ਮਣ ਦੇ ਆਏ BJP ਅਤੇ RSS ਅਤੇ ਬਾਦਲ ਦਰੀਆਂ ਦਾ ਕੋਈ ਪਤਾ ਤਾਂ ਹੈ ਨਹੀਂ ਕਿੱਧਰਲੇ ਪਾਸੇ ਖੜ੍ਹਦੇ ਆ ਕੌਮ ਦੇ ਬਾਰੇ। ਇਹਨਾਂ ਤੁਹਾਨੂੰ ਕੀ ਲੱਗਦਾ ਇਸਦੇ ਪਿੱਛੇ ਹੈ ਅੰਮ੍ਰਿਤਪਾਲ ਪਿੱਛੇ ਕੌਣ ਹੈ ਜਾਂ ਕਿਵੇਂ? ਮੈਨੂੰ ਕੀ ਪਤਾ ਜੀ, ਇਹ ਬਾਹਰੋਂ ਆਏ ਹੈ ਅਤੇ ਇਹ ਉਸ ਤੋਂ ਬਾਅਦ ਇਹ ਪ੍ਰਚਾਰਕ ਰਹੇ ਹੈ, ਚੰਗਾ ਕੰਮ ਕੀਤਾ। ਇਹਨਾਂ ਦੀ ਦਸਤਾਰ ਦੇ ਸਮੇਂ ਦੇ ਵਿੱਚ ਮੈਂ ਵੀ ਇੱਕ ਦੋ ਲੜ ਇਹਨਾਂ ਦੇ ਬੰਨੇ ਹੈ, ਇੰਨਾ ਹੀ ਮੈਨੂੰ ਪਤਾ। ਲੇਕਿਨ ਜਿਹੜਾ ਕਹਿੰਦੇ ਕਿ RSS ਦੇ ਵਕੀਲ ਨਾਲ ਮੁਲਾਕਾਤ ਤੋਂ ਬਾਅਦ RSS ਦਾ ਵਕੀਲ ਐਲਾਨ ਕਰਦਾ, ਨਾ ਮੇਰੇ ਵਕੀਲ ਸਭ ਤੋਂ ਵੱਡੇ ਇੰਡੀਆ ਦੇ ਵਕੀਲ ਜੂਰਿਸਟ ਰਾਮ ਜੇਠਮਲਾਨੀ ਸੀਗੇ, ਜਿਹੜੇ BJP ਦੇ ਵਜ਼ੀਰ ਵੀ ਰਹੇ ਹੈ। ਇਹਦਾ ਮਤਲਬ ਮੈਂ BJP 'ਚ ਥੋੜ੍ਹੀ ਚਲਿਆ ਗਿਆ ਸੀਗਾ। ਜਿਹੜਾ ਇੱਡਾ ਵੱਡਾ ਵਕੀਲ ਸਿਮਰਨਜੀਤ ਸਿੰਘ ਮਾਨ ਦਾ ਵਕੀਲ ਹੋਵੇ ਅਤੇ ਸਿਮਰਨਜੀਤ ਸਿੰਘ ਮਾਨ BJP 'ਚ ਨਾ ਜਾਏ, ਤਾਂ ਇਹਦਾ ਮਤਲਬ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਮਨ ਕੋਈ ਲੁੱਟ ਕੇ ਤਾਂ ਨਹੀਂ ਲੈ ਕੇ ਜਾ ਸਕਦਾ।